ਪੰਜਾਬ 'ਚ ਮੌਸਮ ਨੇ ਰੁੱਖ ਬਦਲਿਆ ਹੈ ਅਤੇ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਅਤੇ SAS ਨਗਰ 'ਚ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ, ਜਿਸਦਾ ਮਤਲਬ ਹੈ ਭਾਰੀ ਮੀਂਹ ਪੈ ਸਕਦਾ ਹੈ। ਪੰਜਾਬ 'ਚ ਅੱਜ ਯਾਨੀ 10 ਸਪਤੰਬਰ ਨੂੰ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਪਿਆ ਹੈ। ਅੰਮ੍ਰਿਤਸਰ 'ਚ ਅੱਜ ਭਾਰੀ ਮੀਂਹ ਪਿਆ ਅਤੇ ਜਲੰਧਰ 'ਚ ਵੀ ਸਵੇਰ ਦੇ ਬੱਦਲ ਛਾਏ ਹੋਏ ਨੇ ਅਤੇ ਹਲਕੀ ਬੂੰਦਾਬਾਂਦੀ ਹੋਈ ਹੈ। ਕਪੂਰਥਲਾ 'ਚ ਵੀ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ, ਕਾਲੇ ਬੱਦਲ ਛਾਏ ਹੋਏ ਨੇ। ਹੁਸ਼ਿਆਰਪੁਰ ਅਤੇ ਗੁਰਦਾਸਪੁਰ 'ਚ ਵੀ ਮੀਂਹ ਦੇ ਨਾਲ ਨਾਲ ਦਰਮਿਆਨੀ ਬਿਜਲੀ ਦੀ ਸੰਭਾਵਨਾ ਦੱਸੀ ਗਈ ਹੈ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ 'ਚ ਮੀਂਹ ਦੀ ਕੋਈ ਖਾਸ ਸੰਭਾਵਨਾ ਨਹੀਂ ਹੈ, ਨਾ ਹੀ ਕੋਈ ਅਲਰਟ ਜਾਰੀ ਕੀਤਾ ਗਿਆ। ਮੌਨਸੂਨ ਦੀ ਰਫ਼ਤਾਰ ਹੁਣੀ ਪੰਜਾਬ 'ਚ ਫਿਰ ਤੋਂ ਘੱਟ ਗਈ ਹੈ। ਮੌਨਸੂਨ ਆਪਣੇ ਅੰਤਿਮ ਚਰਨ 'ਚ ਹੈ, ਪਰ ਹਜੇ ਵੀ ਅਨੁਮਾਨ ਤੋਂ ਪੰਜਾਬ 'ਚ ਘੱਟ ਮੀਂਹ ਪੈ ਰਿਹਾ। ਜੂਨ ਅਤੇ ਜੁਲਾਈ 'ਚ ਪੰਜਾਬ 'ਚ ਇਸ ਵਾਰ ਅਨੁਮਾਨ ਤੋਂ ਬਹੁਤ ਹੀ ਘੱਟ ਮੀਂਹ ਪਿਆ ਹੈ। ਮੌਸਮ ਵਿਭਾਗ ਵੱਲੋਂ ਅਨੁਮਾਨ ਸੀ ਕਿ ਅਗਸਤ ਜੁਲਾਈ ਨਾਲੋਂ ਵਧੀਆ ਰਹਿ ਸਕਦਾ, ਜਿਸਦਾ ਅਸਰ ਅਗਸਤ ਦੇ ਸ਼ੁਰੂਆਤੀ ਦਿਨਾਂ 'ਚ ਵੇਖਣ ਨੂੰ ਵੀ ਮਿਲਿਆ ਸੀ। ਅਗਸਤ ਦੇ ਸ਼ੁਰੂਆਤ 'ਚ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਪਿਆ ਸੀ, ਪਰ ਉਸ ਤੋਂ ਬਾਅਦ ਮੌਨਸੂਨ ਫਿਰ ਤੋਂ ਸੁਸਤ ਹੋ ਗਿਆ ਸੀ। ਪੰਜਾਬ ਦੇ ਲੋਕ ਗਰਮੀ ਤੋਂ ਪਰੇਸ਼ਾਨ ਸਨ, ਮੌਨਸੂਨ ਦੀ ਉਡੀਕ ਕਰ ਰਹੇ ਸੀ, ਪਰ ਮੌਨਸੂਨ ਦਾ ਇਸ ਵਾਰ ਪੰਜਾਬ 'ਚ ਖਾਸ ਅਸਰ ਨਹੀਂ ਨਜ਼ਰ ਆਇਆ। ਅਗਸਤ ਦੇ ਆਖਰੀ ਦਿਨਾਂ 'ਚ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪਿਆ ਹੈ ਅਤੇ ਮੌਸਮ ਵਿਭਾਗ ਵੱਲੋਂ ਅਨੁਮਾਨ ਹੈ ਕਿ ਮੌਨਸੂਨ ਦੇ ਅੰਤਿਮ ਚਰਨ ਯਾਨੀ ਸਪਤੰਬਰ 'ਚ ਚੰਗਾ ਮੀਂਹ ਪੰਜਾਬ 'ਚ ਪੈ ਸਕਦਾ ਹੈ। ਹਾਲਾਂਕਿ ਬੀਤੇ ਕੱਲ੍ਹ ਯਾਨੀ 9 ਸਪਤੰਬਰ ਨੂੰ ਪੰਜਾਬ 'ਚ ਕਿਤੇ ਖਾਸ ਮੀਂਹ ਨਹੀਂ ਪਿਆ, ਜਿਸ ਕਾਰਨ ਪੰਜਾਬ 'ਚ ਤਾਪਮਾਨ ਫਿਰ ਤੋਂ 40 ਡਿਗਰੀ ਦੇ ਕੋਲ ਪਹੁੰਚ ਗਿਆ ਹੈ। ਸ਼੍ਰੀ ਅਨੰਦਪੁਰ ਸਾਹਿਬ 'ਚ 35.8 ਡਿਗਰੀ, ਅੰਮ੍ਰਿਤਸਰ 'ਚ 35.1 ਡਿਗਰੀ, ਬਠਿੰਡਾ ਅਤੇ ਪਟਿਆਲਾ 'ਚ 35.7 ਡਿਗਰੀ, ਫਿਰੋਜ਼ਪੁਰ, ਪਠਾਨਕੋਟ ਅਤੇ ਗੁਰਦਾਸਪੁਰ 'ਚ 35 ਡਿਗਰੀ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ 'ਚ 35.5 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਪੰਜਾਬ 'ਚ 23% ਘੱਟ ਮੀਂਹ ਪਿਆ ਹੈ। 1 ਜੂਨ ਤੋਂ 8 ਸਪਤੰਬਰ ਤੱਕ 24% ਪੰਜਾਬ 'ਚ ਇਸ ਵਾਰ ਘੱਟ ਮੀਂਹ ਪਿਆ ਹੈ। ਪੰਜਾਬ 'ਚ ਹੁਣ ਤੱਕ 392.7 mm ਮੀਂਹ ਪੈਂਦਾ ਹੈ, ਜੋ ਕਿ ਇਸ ਵਾਰ ਸਿਰਫ 298.9 mm ਹੀ ਮੀਂਹ ਪਿਆ ਹੈ। ਪੰਜਾਬ ਦੇ ਸਿਰਫ 9 ਜ਼ਿਲ੍ਹਿਆਂ 'ਚ ਇਸ ਵਾਰ ਚੰਗਾ ਮੀਂਹ ਪਿਆ ਹੈ ਅਤੇ ਬਾਕੀ 52 ਜ਼ਿਲ੍ਹਿਆਂ 'ਚ 21% ਇਸ ਵਾਰ ਘੱਟ ਮੀਂਹ ਪਿਆ ਹੈ। ਪੰਜਾਬ ਦੇ ਬਠਿੰਡਾ 'ਚ 54%, ਹੁਸ਼ਿਆਰਪੁਰ 'ਚ 48%, SAS ਨਗਰ 'ਚ 49%, ਅਤੇ SBS ਨਗਰ 'ਚ 42% ਇਸ ਵਾਰ ਘੱਟ ਮੀਂਹ ਪਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਅਤੇ ਮੋਹਾਲੀ 'ਚ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ, ਭਾਰੀ ਮੀਂਹ ਦੀ ਸੰਭਾਵਨਾ ਹੈ। ਅੱਜ ਵੀ ਸਵੇਰ ਤੋਂ ਚੰਡੀਗੜ੍ਹ 'ਚ ਹਲਕਾ ਮੀਂਹ ਪਿਆ ਹੈ, ਕਾਲੇ ਬੱਦਲ ਛਾਏ ਹੋਏ ਨੇ। ਪੰਜਾਬ ਨਾਲ ਲੱਗਦੇ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਹਿਸਾਰ ਅਤੇ ਭਿਵਾਨੀ 'ਚ ਯੈਲੋ ਅਲਰਟ ਹੈ ਅਤੇ ਬਾਕੀ ਹੋਰ ਜ਼ਿਲ੍ਹਿਆਂ 'ਚ ਮੀਂਹ ਦੀ ਕੋਈ ਵੀ ਖਾਸ ਸੰਭਾਵਨਾ ਨਹੀਂ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਚੰਗਾ ਮੀਂਹ ਪੰਜਾਬ 'ਚ ਪੈਂਦਾ ਹੈ ਕਿ ਨਹੀਂ। ਬਾਕੀ ਤੁਹਾਡੇ ਸ਼ਹਿਰ ਅਤੇ ਜ਼ਿਲ੍ਹੇ 'ਚ ਮੌਸਮ ਦਾ ਕੀ ਹਾਲ ਹੈ, ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ। ਦੇਖਦੇ ਰਹੋ ਪੰਜਾਬ ਤੱਕ।